सानू अज कोई खास मुख पर सलाह आई थी साडे मानयोग विधायक आबकारी कमिश्नर मैडम राजविंदर कौर बाजवा जी उन्हां दी निगरानी हेठ साडे एक्साइज पुलिस के इंचार्ज जसपिंदर सिंह बाजवा उन्हां दी टीम समेत इत्थे धर्मकोट बग्गे लाल सिंह दे घर रेड कीते जिथे 7 ड्रम लाहन दे करीब 1400-1500 लीटर लाहन 70-80 बोतलां शराब जो लाहन तो शराब तैयार हुई सी ते भट्ठी दा समान बरामद होया। ਇਹ ਲਾਲ ਸਿੰਘ ਕੋਈ ਹਲਕੇ ਦੇ ਪ੍ਰਧਾਨ ਦੱਸਦੇ ਨੇ ਜੀ ਬੇਸੀ ਵਿੰਗ ਦੇ ਪ੍ਰਧਾਨ ਨੇ ਜੀ। ਕਿਹੜੀ ਪਾਰਟੀ ਤੋਂ? ਪਾਰਟੀ ਉਹਨਾਂ ਬਾਹਰ ਲੱਗੀ ਹੈ ਜੀ, ਉਹਨਾਂ ਦੀ ਨੰਬਰ ਪਲੇਟ ਉਹਨਾਂ ਦੀ ਬਾਹਰ ਕਰਦੀ ਜੀ। ਇਹ ਮੇਰੇ ਖਿਆਲ ਇਸੇ ਹਲਕੇ ਦੇ ਨੇ ਜੀ। ਕਾਰਵਾਈ ਇਹ ਜੀ, ਐਸ ਐਚ ਓ ਕਿਲ੍ਹਾ ਲਾਲ ਸਿੰਘ ਜੀ ਮੌਕੇ 'ਤੇ ਆਏ ਨੇ, ਉਹਨਾਂ ਨੇ ਸਾਰਾ ਸਮਾਨ ਜੋ ਵੀ ਪਲਾਸਟਿਕ ਦੇ ਡਰੰਮਾਂ 'ਚ ਲਾਹਨ ਸੀ ਭੱਠੀ ਦਾ ਸਮਾਨ ਸੀ ਉਹਨੂੰ ਕਬਜ਼ੇ 'ਚ ਲੈ ਕੇ ਇੱਕ ਸਾਡੇ ਮੁਲਾਜ਼ਮ ਦੇ ਸੱਟ ਵੀ ਲੱਗੀ, ਇਹਨਾਂ ਦਾਤਰ ਮਾਰਿਆ ਸੀ ਇੱਕ ਦੇ, ਇੱਕ ਲੇਡੀ ਨੇ ਸਾਡੀ ਲੇਡੀ ਕਾਂਸਟੇਬਲ ਦੇ ਵਰਦੀ ਪਾੜੀ ਸੀ, ਉਹ ਜੋ ਵੀ ਬਣਦੀਆਂ ਧਰਾਵਾਂ ਸ਼ਾਇਦ ਥਾਣਾ ਕਿਲ੍ਹਾ ਲਾਲ ਸਿੰਘ ਵਿਖੇ ਪਰਚਾ ਦਰਜ ਕੀਤਾ ਜਾਊਗਾ। ਮੌਕੇ ਤੋਂ ਜੋ ਪ੍ਰਧਾਨ ਨੇ ਲਾਲ ਸਿੰਘ ਉਹਨਾਂ ਨੂੰ ਉਹਨਾਂ ਦੇ ਬੇਟੇ ਇੱਕ ਲੜਕੀ ਜੋ ਪੁਲਿਸ ਦੇ ਹੱਥ ਪਈ ਸੀ ਉਹਨੂੰ ਮੌਕੇ ਤੋਂ ਅਰੈਸਟ ਕੀਤਾ ਹੈ, ਜੋ ਥਾਣਾ ਕਿਲ੍ਹਾ ਲਾਲ ਸਿੰਘ ਵਿਖੇ ਬਣਦੀ ਕਾਰਵਾਈ ਤਹਿਤ ਉਹਨਾਂ ਦੇ ਪਰਚਾ ਦਰਜ ਕੀਤਾ ਜਾਊਗਾ। ਅੱਜ ਲਾਲ ਕਿਲ੍ਹਾ ਸਿੰਘ ਥਾਣੇ ਦੇ ਅੰਡਰ ਜਿਹੜਾ ਧਰਮਕੋਟ ਪਿੰਡ ਪੈਂਦਾ, ਇੱਥੇ ਅਸੀਂ ਇੱਕ ਵਰਦੀ ਪੱਕੀ ਰਿਪੋਰਟ ਦੇ ਉੱਪਰ ਇਨਫੋਰਮੇਸ਼ਨ ਕਹਿਣਾ ਆਏ ਸੀ ਇੱਥੇ ਰੇਡ ਕਰਨ। ਜਦੋਂ ਅਸੀਂ ਰੇਡ ਕਰਨ ਗਏ ਤਾਂ ਪਰਿਵਾਰ ਦੇ ਜਿਹੜਾ ਰੰਗੂ ਰਾਵ ਜੀ ਕਿਹੜਾ ਪਤਾ ਲੱਗ ਗਿਆ ਸਾਨੂੰ ਕਿ ਕਾਰਵਾਈ ਹੋ ਰਹੀ ਹੈ। ਅਸੀਂ ਭੱਜ ਕੇ ਸਮਾਨ ਫੜਨ ਗਏ ਹਾਂ, ਇਹਨਾਂ ਦੀ ਲੜਕੀ ਮੇਰੇ ਗੱਲ ਪਈ ਆ, ਮੇਰੀ ਵਰਦੀ ਪਾੜੀ, ਮੇਰਾ ਮੂੰਹ ਪਾੜਿਆ, ਮੇਰੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਮੈਨੂੰ ਕਹਿੰਦੀ ਕਿ ਤੂੰ ਮੇਰੇ ਕੱਪੜੇ ਪਾੜੇ ਆ, ਇਹਦਾ ਭਰਾ ਨੇ ਮੈਨੂੰ ਜ਼ਬਰਦਸਤੀ ਕਿਹਾ ਕਿ ਅਸੀਂ ਕੁਛ ਨੂੰ ਵੇਖ ਲਾਂਗੇ, ਸਾਡੇ ਕੋਲ ਰੱਖਣਾ ਕੀ ਅਸੀਂ ਸਾਰੇ ਛੰਨੀ ਕਰ ਦਿੰਦੇ ਹਾਂ। ਅਤੇ ਇਹ ਸਾਰੀ ਕਾਰਵਾਈ ਹੋਣ ਤੋਂ ਬਾਅਦ ਜਦੋਂ ਅਸੀਂ ਤੋਂ ਲਾਣ ਸਰ ਰਿਕਵਰ ਕਰਨ ਗਏ ਹਾਂ, ਇਹਨਾਂ ਦਾ ਇੱਕ ਹੋਰ ਭਰਾ ਛੋਟਾ, ਉਹਨੇ ਸਾਰੇ ਡਰੰਮ ਨਾਲ ਰੋੜ ਕੇ ਅਤੇ ਕਹਿੰਦਾ ਹੁਣ ਜੋ ਕਰਨਾ ਕਰ ਲਓ। ਤੁਸੀਂ ਕੀ ਮੰਗ ਕੀਤੀ ਹੈ ਸਰ, ਉੱਚ ਅਧਿਕਾਰੀ ਤੋਂ ਕੀ ਮੰਗ ਕਰਦੇ ਜੀ? ਉੱਚ ਅਧਿਕਾਰੀ ਤੁਸੀਂ ਮੰਗ ਕਰਦੇ ਕਿ ਦੇਖੋ ਤੁਹਾਡੇ ਸਾਹਮਣੇ ਅਸੀਂ ਡਿਊਟੀ ਕਰਦੇ ਹਾਂ, ਲੋਕਾਂ ਵਿੱਚ ਹੁੰਦਾ ਕਿ ਅਸੀਂ ਡਿਊਟੀ ਨਹੀਂ ਕਰਦੇ, ਡਿਊਟੀ ਕਰ ਰਹੇ ਹਾਂ। ਦੇਖੋ ਹੁਣ ਤੁਹਾਨੂੰ ਘੱਟੋ ਘੱਟ ਇਹਨਾਂ ਦੇ ਮੁਹਾਰੇ ਕਿ ਹਾਂ ਵੀ ਜਿਹੜੇ ਅਸੀਂ ਮੁਲਜ਼ਮ ਫੜੇ ਉਹਨਾਂ ਦੇ ਬਕਾਇਦਾ ਕਾਨੂੰਨੀ ਕਾਰਵਾਈ ਹੋਵੇ ਜਿਹੜੀ ਬਣਦੀ ਹੈ, ਇਹਨਾਂ ਨੂੰ ਇੱਦਾਂ ਨਾ ਛੱਡਿਆ ਜਾਵੇ ਜਾਂ ਕਿਸੇ ਪੋਲੀਟੀਕਲ ਪ੍ਰੈਸ਼ਰ ਦੇ ਅੰਦਰ ਆ ਕੇ ਛੱਡਿਆ ਨਾ ਜਾਵੇ, ਜੋ ਵੀ ਕਾਨੂੰਨੀ ਕਾਰਵਾਈ ਬਣਦੀ ਜ਼ਰੂਰ ਹੋਵੇ। ਅੱਜ ਤੱਕ ਮੇਰੇ ਨੋਟਿਸ ਕੋਈ ਨਹੀਂ ਆਇਆ, ਜੋ ਮੈਨੂੰ ਐਕਸਾਈਜ਼ ਪਾਰਟੀ ਨੇ ਜਿਹਨੇ ਰੇਡ ਕੀਤਾ, ਕਿਉਂਕਿ ਰੇਡਿੰਗ ਪਾਰਟੀ 'ਚ ਅਸੀਂ ਨਹੀਂ ਸੀ, ਸਾਡੇ ਥਾਣੇ ਦੀ ਪੁਲਿਸ ਨਹੀਂ ਸੀਗੀ, ਜੋ ਜਿਹੜੀ ਇਹਨਾਂ ਨੇ ਰੇਡਿੰਗ ਪਾਰਟੀ ਨੇ ਜੋ ਸਾਨੂੰ ਲਗਾਉਣਗੇ, ਜੋ ਦੱਸਣਗੇ ਉਹਦੇ ਤਹਿਤ ਕਰਵਾਈ ਇਹ ਸੁਣਨ 'ਚ ਆਇਆ ਵੀ ਲਾਲ ਸਿੰਘ ਆ ਜੀ, ਇਹ ਨਹੀਂ ਜੀ ਆਪਾਂ ਨੂੰ ਪਤਾ ਪਾਰਟੀ ਕਿਹੜੀ ਨਾ ਕਿਹੜੀ ਨਾ ਨਹੀਂ, ਇਹਦੇ ਬਾਰੇ ਸਾਨੂੰ ਪੁੱਛਣਾ ਚਾਹੀਦਾ।